ਜਿਹੜੀ ਬਿਲਡਿੰਗ ਬਣੀ ਆ ਇੱਥੇ ਬਹੁਜਨ ਸਮਾਜ ਪਾਰਟੀ ਅਤੇ ਅੰਬੇਦਕਰ ਮਿਸ਼ਨ ਜੀ ਦਾ ਜਿਹੜਾ ਪ੍ਰਧਾਨ ਸਾਹਿਬ ਨੇ ਮੇਜਰ ਸੋਮਨਾਥ ਹੋਣੀ ਅਤੇ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਜੇ ਪੀ ਭਗਤ ਹੋਣੀ ਇਹਨਾਂ ਨੇ ਇੱਥੇ ਬੜੀ ਵੱਡੀ ਮੀਟਿੰਗ ਕਰਾਈ ਹੈ ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਨੇ ਉਹ ਭਾਵੇਂ ਡੇਟ ਨਹੀਂ ਡਿਕਲੇਅਰ ਹੋਈ ਪਰ ਸਰਗਰਮੀਆਂ ਜਿਹੜੀਆਂ ਹੋ ਚੁੱਕੀਆਂ ਨੇ ਅਤੇ ਇਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਕਿ ਤੁਸੀਂ ਪਹਿਲੀ ਮੀਟਿੰਗ ਅਸੀਂ ਕਰਾਉਣੀ ਆ ਬਹੁਜਨ ਸਮਾਜ ਪਾਰਟੀ ਨੇ ਅਤੇ ਚੋਣ ਦਾ ਜਿਹੜਾ ਮੁਹਿੰਮ ਜਿਹੜੀ ਆ ਚੋਣ ਸ਼ੁਰੂ ਕਰਨ ਦਾ ਹੈਗਾ ਜਿਹੜਾ ਉਹ ਅਸੀਂ ਕਰਨਾ ਅੱਜ ਜਿਹੜੀ ਆ ਵਿਧਾਨ ਸਭਾ ਹਲਕੇ 'ਚ ਜਿਹੜੀ ਚੋਣ ਆ ਇਹਨਾਂ ਵੱਲੋਂ ਸ਼ੁਰੂ ਕਰਾਈ ਗਈ ਆ ਮੈਂ ਇਹਨਾਂ ਦਾ ਧੰਨਵਾਦ ਕਰਨਾ ਕਿ ਸਾਰੇ ਅਹੁਦੇਦਾਰਾਂ ਨੇ ਰਲ ਕੇ ਬੜੀ ਵੱਡੀ ਮੀਟਿੰਗ ਕਰਾਈ ਆ ਔਰ ਇਹ ਯਕੀਨ ਦਵਾਇਆ ਕਿ ਬਹੁਤ ਵੱਡੀ ਲੀਡ ਦੇ ਨਾਲ ਮੈਨੂੰ ਜਿਤਾ ਕੇ ਵਿਧਾਨ ਸਭਾ 'ਚ ਭੇਜਣਗੇ ਔਰ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਨੀ ਆ ਜਿੱਥੇ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਬਣਨਾ ਔਰ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਕਿ ਜਿਸ ਤਰੀਕੇ ਨਾਲ ਪਹਿਲਾਂ ਲੋਕ ਇਸ ਦੇ ਫੈਸਲੇ ਕੀਤੇ ਗਏ ਸਨ ਇਸੇ ਤਰ੍ਹਾਂ ਜਿਹੜੇ ਵੀ ਐਲਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਕਰ ਰਹੇ ਨੇ ਜੋ 13-31 ਸਾਡਾ ਪ੍ਰੋਗਰਾਮ ਹੈ ਉਹ ਲੋਕਾਂ ਤੱਕ ਜਿਹੜਾ ਸਾਰਾ ਜਿਹੜਾ ਪਹੁੰਚਾਉਣਗੇ ਮੈਨੂੰ ਡਾਕਟਰ ਅੰਬੇਦਕਰ ਮਿਸ਼ਨ ਦਾ ਪ੍ਰਧਾਨ ਕਿਹਾ ਹੈ ਮੈਂ ਇਹਨਾਂ ਦਾ ਧੰਨਵਾਦੀ ਹਾਂ ਇਹ ਗੱਲ ਸਹੀ ਹੈ ਕਿ ਮੈਂ ਬਹੁਤ ਪੁਰਾਣਾ ਅੰਬੇਦਕਰ ਮਿਸ਼ਨ ਦੇ ਵਿੱਚ ਹਾਂ ਪਰ ਅੱਜ ਮੈਂ ਅੰਬੇਦਕਰ ਮਿਸ਼ਨ ਦਾ ਪ੍ਰਧਾਨ ਨਹੀਂ ਹਾਂ ਅੰਬੇਦਕਰ ਮਿਸ਼ਨ ਦੇ ਪ੍ਰਧਾਨ ਸ਼੍ਰੀ ਕੇ ਲਾਡੀ ਹਨ ਕੇਵਲ ਕਿਸ਼ਨ ਲਾਡੀ ਔਰ ਅੱਜ ਦੀ ਇਹ ਜਿਹੜੀ ਕਾਨਫਰੰਸ ਹੋਈ ਹੈ ਜਾਂ ਮੀਟਿੰਗ ਹੋਈ ਹੈ ਇਹਦੇ ਵਿੱਚ ਇਹਨੂੰ ਕਾਮਯਾਬ ਕਰਨ ਦੇ ਵਿੱਚ ਕੋਈ ਸ਼ੱਕ ਨਹੀਂ ਗਾ ਕਿ ਅੰਬੇਦਕਰ ਮਿਸ਼ਨ ਦੀ ਟੀਮ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਗੁਰਦਾਸਪੁਰ ਦੇ ਵਿੱਚ ਅੰਬੇਦਕਰ ਮਿਸ਼ਨ ਜਾਂ ਬਾਮਸਿਫ ਅਤੇ ਬਹੁਜਨ ਸਮਾਜ ਪਾਰਟੀ ਲਗਭਗ ਇੱਕੋ ਹੀ ਹੈ ਅੱਜ ਦੀ ਮੀਟਿੰਗ ਨੂੰ ਕਿੱਦਾਂ ਦੇਖਦੇ ਹੋ ਅੱਜ ਦੀ ਮੀਟਿੰਗ ਕਾਮਯਾਬ ਹੈ ਜਿਹੜੇ ਸਾਡੇ ਵਿਰੋਧੀ ਇਹ ਕਹਿੰਦੇ ਸਨ ਕਿ ਬਈ BSP ਹੈ ਨਹੀਂ ਗੀ ਗੁਰਦਾਸਪੁਰ ਦੇ ਵਿੱਚ ਉਹਨਾਂ ਨੂੰ ਆਪਾਂ ਦੱਸ ਦਿੱਤਾ ਕਿ ਉਸ ਦਿਨ ਕੋਈ ਵਜ੍ਹਾ ਰਹੀ ਹੋਏਗੀ ਕੁਝ ਗਲਤੀਆਂ ਹੋ ਗਈਆਂ ਕੋਆਰਡੀਨੇਸ਼ਨ ਠੀਕ ਤਰ੍ਹਾਂ ਨਹੀਂ ਹੋਇਆ ਅਤੇ ਕੁਝ ਕੁਰਸੀਆਂ ਖਾਲੀ ਰਹਿ ਗਈਆਂ ਉਹਨਾਂ ਕੁਰਸੀਆਂ ਖਾਲੀ ਦੇਖੀਆਂ ਉਹਨਾਂ ਇਹ ਨਹੀਂ ਦੇਖਿਆ ਵੀ ਸਾਡੇ ਸਾਥੀ ਕਿੱਥੇ ਕਿਤੇ ਹੋਰ ਬਿਜ਼ੀ ਸਨ ਅਤੇ ਅੱਜ ਦੀ ਜਿਹੜੀ ਹੈ ਅੱਜ ਦੀ ਜੋ ਬਹੁਜਨ ਸਮਾਜ ਪਾਰਟੀ ਦੀ ਡਾਕਟਰ BR ਅੰਬੇਦਕਰ ਬੁੱਧ ਵਿਹਾਰ ਭਵਨ ਵਿੱਚ ਜਿਹੜੀ ਹੋਈ ਹੈ ਬੜੀ ਸਕਸੈਸਫੁਲ ਮੀਟਿੰਗ ਹੋਈ ਹੈ ਕੁਝ ਦਿਨ ਪਹਿਲਾਂ ਇੱਥੇ ਮੀਟਿੰਗ ਹੋਈ ਸੀ ਉਹ ਸਾਡੀ ਆਪਣੀ ਥੋੜ੍ਹੀ ਮਿਸਮੈਨੇਜਮੈਂਟ ਕਰਕੇ ਉਨੀ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਸਕੀ ਵਿਰੋਧੀਆਂ ਨੇ ਜੋ ਦਿਖਾਈ ਲੇਕਿਨ ਅੱਜ ਉਸ ਦਾ ਭਰਮਾ ਹੁੰਗਾਰਾ ਸਮਾਜ ਵੱਲੋਂ ਮਿਲਿਆ ਹੈ ਔਰ ਸਾਰਿਆਂ ਨੇ ਸਾਥੀਆਂ ਨੇ ਰਲ ਕੇ ਇਸ ਮੀਟਿੰਗ ਨੂੰ ਕਾਮਯਾਬ ਬਣਾਇਆ ਹੈ ਔਰ 2007 ਦੇ ਵਿੱਚ ਇਹ ਜਿਹੜੀ ਛੁਪੀ ਹੋਈ ਸ਼ਕਤੀ ਹੈ ਵੋਟਾਂ ਦੇ ਰੂਪ ਵਿੱਚ ਇਹ 2022 ਦੇ ਵਿੱਚ ਇੱਕ ਮਤਲਬ ਐਟਮ ਬੰਬ ਦੀ ਤਰ੍ਹਾਂ ਮਤਲਬ ਪ੍ਰਯੋਗ ਕਰਕੇ MLA ਨੂੰ ਇੱਥੋਂ ਸੀਟ ਤੋਂ ਜਿਤਾਈ